ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ ਅੱਜ ਅਸੀਂ ਇੱਕ ਵਾਰੀ ਫੇਰ ਪਹੁੰਚੇ ਹਾਂ ਆਪਣਾ ਬਾਜ਼ਾਰ ਵਿਖੇ ਜਿੱਥੇ ਸਾਰੇ ਹੀ ਬ੍ਰਾਂਡਡ ਆਈਟਮਸ ਤੇ ਢੇਰ ਸਾਰਾ ਜਿਹੜੇ ਡਿਸਕਾਊਂਟ ਦੀ ਗੱਲ ਹੁੰਦੀ ਹੈ ਕਿ ਡਿਸਕਾਊਂਟ ਮਿਲਦਾ ਹੈ 70% ਤੱਕ ਜਿਹੜੇ ਹੈ ਬ੍ਰਾਂਡਡ ਆਈਟਮਸ ਤੇ ਇੱਥੇ ਡਿਸਕਾਊਂਟ ਦੇਖਣ ਨੂੰ ਮਿਲਦਾ ਹੈ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਜਿਮ ਆਈਟਮਸ ਨੂੰ ਲੈ ਕੇ ਇੱਥੇ ਕੀ ਕੁਝ ਅਵੇਲੇਬਲ ਹੈ ਜੇ ਤੁਸੀਂ ਵੀ ਜਿਮ ਦੇ ਸ਼ੌਕੀਨ ਹੋ ਤੇ ਕਿਸ ਤਰੀਕੇ ਨਾਲ ਜਿਮ ਆਈਟਮਸ ਇੱਥੇ ਡਿਸਕਾਊਂਟ ਰੇਟਸ ਤੇ ਲੈ ਕੇ ਘਰ ਜਾ ਸਕਦੇ ਹੋ ਤੇ ਸਾਡੇ ਨਾਲ ਮੌਜੂਦ ਨੇ ਆਪਣਾ ਬਾਜ਼ਾਰ ਤੋਂ ਚਿਰਾਗ ਜੀ ਚਿਰਾਗ ਜੀ ਜੇ ਅਸੀਂ ਗੱਲ ਕਰੀਏ ਜਿਮ ਆਈਟਮਸ ਦੀ ਤੇ ਕੀ ਕੁਝ ਜਿਹੜਾ ਇੱਥੇ ਤੁਹਾਡੇ ਕੋਲ ਆਪਣਾ ਬਾਜ਼ਾਰ ਦੇ ਵਿੱਚ ਅਵੇਲੇਬਲ ਹੈ ਤੇ ਉਹਨਾਂ ਤੇ ਕੀ ਕੁਝ ਜਿਹੜਾ ਡਿਸਕਾਊਂਟ ਮਿਲ ਰਿਹਾ ਹੈ ਜਿਮ ਆਈਟਮਸ ਵਿੱਚ ਮੈਮ ਆਪਣੇ ਕੋਲ ਸਾਈਕਲ ਸਟੈਟਿਕ ਸਾਈਕਲਸ ਹੋ ਗਏ ਟ੍ਰੈਡਮਿਲਸ ਹੋ ਗਏ ਡੰਬਲਸ ਹੋ ਗਏ ਪਲੇਟਸ ਹੋ ਗਏ ਮਤਲਬ ਬੇਸਿਕ ਸਾਰੀ ਜਿਮ ਦੇ ਐਸੈਂਸ਼ੀਅਲਸ ਇੰਕਲੂਡਡ ਆ ਜਾਂਦੇ ਨੇ ਜਿਵੇਂ ਆਪਾਂ ਸ਼ੁਰੂ ਕਰਦੇ ਹਾਂ ਆਰਪੀਐਮ ਦੇ ਸਟੈਟਿਕ ਸਾਈਕਲਸ ਤੋਂ ਇਹਦੇ ਵਿੱਚ ਆਪਣੇ ਕੋਲ ਆਰਪੀਐਮ ਪੇ ਹੈ ਤੇ ਰੀਚ ਪੇ ਹੈ ਇਹਦੀ ਹਰ ਰੇਂਜ ਹੈ ਜਿਵੇਂ ਜਿਹੜਾ ਆਰਪੀਐਮ ਹੈ ਬਹੁਤ ਹਾਈ ਕਲਾਸ ਬ੍ਰਾਂਡ ਹੈ ਇਹਦੀ ਐਮਆਰਪੀ ਵੈਸੇ 26000 ਰੁਪੀਜ਼ ਹੈ ਬਟ ਆਪਣੇ ਕੋਲ ਅਵੇਲੇਬਲ ਕੁਝ 85-86 ਦੀ ਰੇਂਜ ਵਿੱਚ ਹੈ ਜਿਹੜਾ ਇਹ ਵਾਲਾ ਇਹ ਕੁਝ 13-14000 ਦੀ ਐਮਆਰਪੀ ਤੇ ਹੈ ਇਹ ਆਪਣੇ ਕੋਲ ਅਵੇਲੇਬਲ ਹੈ ਕੁਝ 35-4000 ਦੀ ਰੇਂਜ ਵਿੱਚ ਡਿਪੈਂਡਿੰਗ ਅਪੋਨ ਕਿ ਕਿਸ ਹਿਸਾਬ ਨਾਲ ਆ ਰਿਹਾ ਅਤੇ ਉਸ ਤੋਂ ਬਾਅਦ ਟ੍ਰੈਡਮਿਲਸ ਦੀ ਰੇਂਜ ਆ ਜੀ ਮੈਮ ਇਹਦੇ ਵਿੱਚ ਆਪਣੇ ਕੋਲ ਰੀਚ ਦਾ 400 ਹੈ ਇਹਦੀ ਇਹ ਵੈਸੇ ਮੈਨੂਅਲ ਟ੍ਰੈਡਮਿਲ ਹੈ ਇਹ ਮਲਟੀ ਫੰਕਸ਼ਨਲ ਹੈ ਵਿਚ ਇਜ਼ ਕਿ ਤੁਸੀਂ ਟ੍ਰੈਡਮਿਲ ਵਾਂਗੂ ਵੀ ਯੂਜ਼ ਕਰ ਸਕਦੇ ਹੋ ਐਜ਼ ਅ ਕ੍ਰੋਸ ਟ੍ਰੇਨਰ ਵੀ ਯੂਜ਼ ਕਰ ਸਕਦੇ ਹੋ ਅਤੇ ਆਪਣਾ ਬੈਲੀ ਫੈਟ ਦੀ ਐਕਸਰਸਾਈਜ਼ ਲਈ ਵੀ ਇਹਦੀ ਐਮਆਰਪੀ ਵੈਸੇ 23000 ਰੁਪੀਸ ਹੈ ਬਟ ਆਪਣੇ ਕੋਲ ਅਵੇਲੇਬਲ ਹੈ ਕੁਝ 8000 ਦੀ ਰੇਂਜ ਵਿੱਚ ਉਸ ਤੋਂ ਬਾਅਦ ਆਪਣੇ ਕੋਲ ਇਹ ਸਾਰੇ ਉਹ ਆ ਗਏ ਜਿਹੜੇ ਇਲੈਕਟ੍ਰੋਨਿਕ ਹੁੰਦੇ ਇਹਦੇ ਵਿੱਚ ਮਸਾਜਰ ਫੰਕਸ਼ਨ ਇੰਕਲੂਡਿਡ ਹੈ ਜਿਹੜੀ ਤੁਸੀਂ ਥਾਏ ਦੀਆਂ ਐਕਸਰਸਾਈਜ਼ ਐਬਸ ਦੀਆਂ ਐਕਸਰਸਾਈਜ਼ ਹਰ ਤਰ੍ਹਾਂ ਦੀ ਐਕਸਰਸਾਈਜ਼ ਕਰ ਸਕਦੇ ਹੋ ਟ੍ਰੈਡਮਿਲ ਇਹਦੇ ਵਿੱਚ MP3 ਆਡੀਓ ਦੀ ਵੀ ਆਪਸ਼ਨਲ ਹੈ ਪੂਰਾ ਮਲਟੀ ਫੰਕਸ਼ਨਲ ਚੀਜ਼ ਹੈ ਇਹ ਅਤੇ ਦਿਸ ਇਜ਼ ਦਾ ਬੈਸਟ ਮਤਲਬ ਆਪਾਂ ਕਹੀਏ ਜਿਹੜਾ ਟ੍ਰੈਡਮਿਲ ਦਾ ਟੌਪ ਲੈਵਲ ਦਾ ਆਉਂਦਾ ਫਿਟਕਿਟ ਦਾ ਇਹਦੀ MRP ਜੀ ਵੈਸੇ 52000 ਹੈ ਬਟ ਆਪਣੇ ਕੋਲ ਅਵੇਲੇਬਲ 30000 ਦੀ ਰੇਂਜ ਵਿੱਚ ਹੈ ਉਸ ਤੋਂ ਬਾਅਦ ਫਿਰ RPM ਦਾ ਆਉਂਦਾ ਦਿਸ ਇਜ਼ ਵਿਦਆਊਟ ਮਸਾਜਰ ਮਾਡਲ ਹੋਰ ਇਹਦੇ ਵਿੱਚ ਸਾਰੇ ਫੀਚਰਸ ਆਉਂਦੇ ਆ ਆਡੀਓ ਸਿਸਟਮ ਆਉਂਦਾ ਇੰਕਲਾਈਨ ਆਉਂਦਾ ਹਰ ਚੀਜ਼ ਆਉਂਦੀ ਇਹਦੀ ਮੈਕਸੀਮਮ ਸਪੀਡ ਇਜ਼ 18 ਕਿਲੋਮੀਟਰਸ ਪਰ ਆਰ ਅਤੇ ਇਹਦੀ MRP ਵੈਸੇ 75000 ਰੁਪੀਸ ਹੈ ਆਪਣੇ ਕੋਲ 25000 ਦੀ ਰੇਂਜ ਵਿੱਚ ਅਵੇਲੇਬਲ ਹੈ ਉਸ ਤੋਂ ਬਾਅਦ ਆਪਾਂ ਮੂਵ ਔਨ ਕਰਦੇ ਹਾਂ ਜੀ ਡੰਬਲਸ ਦੇ ਸੈਕਸ਼ਨ 'ਤੇ ਜਿਹਦੇ ਵਿੱਚ ਜਿਮ ਦਾ ਸਾਰਾ ਕੌਂਬੋ ਆ ਜਾਂਦਾ ਜੇ ਤੁਸੀਂ ਓਪਨਲੀ ਲੈਣੇ ਆ ਤਾਂ ਓਪਨ ਵੀ ਮਿਲ ਜਾਣਗੇ ਬਟ ਮੇਰੇ ਅਕੋਰਡਿੰਗ ਤੁਸੀਂ ਕੌਂਬੋਸ ਪ੍ਰੈਫਰ ਕਰੋ ਸਾਡੇ ਕੋਲ 20 kgs 30 kgs 40 ਅਤੇ 50 kgs ਦੇ ਕੌਂਬੋਸ ਨੇ ਜਿਹਦੇ ਵਿੱਚ ਆਪਣੇ ਕੋਲ ਡੰਬਲ ਦੇ ਲੌਕਸ ਹੋ ਗਏ ਜਿਹੜੇ 4 ਡੰਬਲ ਰੋਡਸ ਹੋ ਗਈਆਂ 2 ਇੱਕ ਜਿਮ ਦੇ ਗਲਵਸ ਹੋ ਗਏ ਸਕਿਪਿੰਗ ਰੋਪ ਹੋ ਗਈ ਹੈਂਡ ਗ੍ਰਿਪ ਹੋ ਗਈ ਅਤੇ ਉਸ ਤੋਂ ਬਾਅਦ 2 ਰੋਡਸ ਇੱਕ 5 ਫੁੱਟ ਦੇ ਅਤੇ ਇੱਕ ਕਰਲ ਰੋਡ ਇਹ ਸਟੈਂਡਰਡ ਰਹਿਣਗੀਆਂ ਉਸ ਤੋਂ ਬਾਅਦ ਵੇਟਸ 20, 30, 40, 50 ਉਹ ਤੁਸੀਂ ਆਪਦੇ ਅਕੋਰਡਿੰਗ ਕਸਟਮਾਈਜ਼ ਵੀ ਕਰ ਸਕਦੇ ਹੋ ਜੀ ਜੇ ਤੁਸੀਂ ਚਾਹੋ 80 ਤੁਹਾਨੂੰ ਪੈਕ ਹੀ ਦੇ ਦਈਏ ਤਾਂ ਉਸ ਹਿਸਾਬ ਨਾਲ ਵੀ ਹੋ ਜਾਏਗਾ ਉਹ ਆਪਦੇ ਹਿਸਾਬ ਨਾਲ ਤੁਹਾਡੀ ਮਰਜ਼ੀ ਹੈ ਜਿਵੇਂ ਮਰਜ਼ੀ ਸੈੱਟ ਕਰ ਇਹਨਾਂ ਚੀਜ਼ਾਂ 'ਤੇ ਵੀ ਜਿਹੜਾ ਡਿਸਕਾਊਂਟ ਲੋਕਾਂ ਨੂੰ ਮਿਲਣ ਵਾਲਾ ਹੈ ਜੀ ਜਿਹੜਾ 20 kgs ਦਾ ਕੌਂਬੋ ਇਹ ਵੈਸੇ 2000 ਦੀ MRP ਤੇ ਆਪਣੇ ਕੋਲ ਕੁਝ 800 ਦੀ ਰੇਂਜ ਵਿੱਚ ਅਵੇਲੇਬਲ ਹੈ 30 kgs ਵਾਲਾ ਜਿਹੜਾ ਹੈਗਾ ਉਹ ਕੁਝ ਹੈਗਾ 2500-3000 ਦੀ MRP ਤੇ ਇਹ ਆਪਣੇ ਕੋਲ ਕੁਝ 1000 ਰੁਪਏ ਦੀ ਰੇਂਜ ਵਿੱਚ ਅਵੇਲੇਬਲ ਹੈ 40000 ਵਾਲਾ 3000 ਪਲੱਸ ਹੈ ਉਹ ਆਪਣੇ ਕੋਲ ਕੁਝ 1200 ਦੀ MRP ਤੇ ਅਵੇਲੇਬਲ ਹੈ 50 kgs ਵਾਲਾ ਆਲਮੋਸਟ 30-3500 ਦੀ ਰੇਂਜ ਵਿੱਚ ਆਉਂਦਾ ਉਹ ਆਪਣੇ ਕੋਲ 1400 ਦੀ ਰੇਂਜ ਅਵੇਲੇਬਲ ਹੈ ਅਸੀਂ ਗੱਲ ਕਰੀ ਸੀ ਕਿ ਟ੍ਰੇਡਮਿਲ ਵਗੈਰਾ ਦੀ ਤੇ ਜਿਹੜੇ ਇਹਨਾਂ ਤੇ ਜਿਹੜੀ ਗਾਰੰਟੀ ਵਾਰੰਟੀ ਵੀ ਮਿਲੇਗੀ ਲੋਕਾਂ ਨੂੰ ਪਰ ਆਉਂਦੀ ਹੈ ਜੀ ਸਾਰੀ ਗਾਰੰਟੀਜ਼ ਕੰਪਨੀ ਕੋਲੋਂ ਅਵੇਲੇਬਲ ਹੁੰਦੀ ਹੈ ਜਿਵੇਂ ਮੋਟਰ ਤੇ ਆਲਮੋਸਟ 2 ਸਾਲ ਦੀ ਗਾਰੰਟੀ ਅਵੇਲੇਬਲ ਹੁੰਦੀ ਹੈ ਤੇ ਬਾਕੀ ਸਾਰੇ ਇਕਵਿਪਮੈਂਟਸ ਤੇ ਵੀ 1 ਸਾਲ ਦੀ ਮੈਕਸਿਮਮ ਅਵੇਲੇਬਲ ਹੋ ਜਾਂਦੀ ਹੈ ਜੀ ਵਾਰੰਟੀ ਇਸ ਸਟੋਰ ਤੇ ਇਸ ਆਪਣਾ ਬਾਜ਼ਾਰ ਤੇ ਲੋਕ ਕਿਵੇਂ ਵਿਜ਼ਿਟ ਕਰ ਸਕਦੇ ਇੱਕ ਵਾਰੀ ਲੋਕੇਸ਼ਨ ਜ਼ਰੂਰ ਸਮਝਾ ਦਿਓ ਦਰਸ਼ਕਾਂ ਇਹਦੀ ਮੈਮ ਬਿਲਕੁਲ ਸਿੱਧਾ ਜਲੰਧਰ ਬਾਈਪਾਸ ਤੋਂ ਤੁਸੀਂ ਮੈਟਰੋ ਸ਼ਾਪਿੰਗ ਸੈਂਟਰ ਦੇ ਨਾਲ ਆਣਾ ਉਹਦੇ ਬਿਲਕੁਲ ਨਾਲ ਹੀ ਰੋਡ ਉੱਤਰ ਕੇ ਬਿਲਕੁਲ ਬੈਕ ਸਾਈਡ ਲੱਗਦੀ ਹੈ ਮੈਟਰੋ ਸ਼ਾਪਿੰਗ ਸੈਂਟਰ ਦੀ ਐਗਜ਼ੈਕਟ ਬੈਕ ਹੈ ਇਹਨੂੰ ਆਪਣਾ ਬਾਜ਼ਾਰ ਨੂੰ ਬਿਲਕੁਲ ਬਿਲਕੁਲ ਅਸੀਂ ਇੱਕ ਵਾਰੀ ਫਿਰ ਤੁਹਾਨੂੰ ਵਿਜ਼ਿਟ ਕਰਵਾਇਆ ਆਪਣਾ ਬਾਜ਼ਾਰ ਤੇ ਜਿੱਥੇ ਜਿਹੜਾ ਹੈ ਬਹੁਤ ਹੀ ਡਿਸਕਾਊਂਟ ਰੇਟ ਤੇ ਵੱਖ-ਵੱਖ ਆਈਟਮਸ ਮਿਲਦੇ ਨੇ ਪਰ ਅੱਜ ਅਸੀਂ ਗੱਲਬਾਤ ਕੀਤੀ ਹੈ ਕਿ ਜਿਮ ਆਈਟਮਸ ਨੂੰ ਲੈ ਕੇ ਇੱਥੇ ਕੀ ਕੁਝ ਅਵੇਲੇਬਲ ਹੈ ਤੇ ਉਹਨਾਂ ਤੇ ਤੁਹਾਨੂੰ ਡਿਸਕਾਊਂਟ ਕਿੰਨਾ ਮਿਲ ਰਿਹਾ ਬਿਲਕੁਲ ਤੇ ਤੁਸੀਂ ਵੀ ਸੁਣ ਕੇ ਜ਼ਰੂਰ ਹੈਰਾਨ ਹੋ ਗਏ ਹੋਵੋਗੇ ਕਿ ਕਿਸ ਤਰੀਕੇ ਨਾਲ ਵੱਖ-ਵੱਖ ਆਈਟਮਸ ਤੇ ਜਿਹੜਾ ਹੈ ਹਿਊਜ ਡਿਸਕਾਊਂਟ ਇੱਥੇ ਤੁਹਾਨੂੰ ਮਿਲਣ ਵਾਲਾ ਇੱਕ ਵਾਰੀ ਤੁਸੀਂ ਵੀ ਜ਼ਰੂਰ ਵਿਜ਼ਿਟ ਕਰੋ ਤੇ ਇਸ ਦੇ ਨਾਲ ਹੀ ਜੋ ਵੀ ਤੁਹਾਡਾ ਐਕਸਪੀਰੀਅੰਸ ਰਿਹਾ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸੋ